ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ। ਅੱਜ ਕੱਲ੍ਹ ਬੜਾ ਦਿਲ ਕਰਦਾ ਕਿ ਸਵਾਗਤ ਕਰਨ ਵੇਲੇ ਨਿੱਘਾ ਸ਼ਬਦ ਲਾ ਲਈਏ, ਕਿਉਂਕਿ ਸੀਤ ਲਹਿਰ, ਠੰਡ ਕੱਲ੍ਹ ਦੀ ਪਰਸੋਂ ਦੀ ਕਾਫੀ ਜ਼ਿਆਦਾ ਵਧੀ ਹੋਈ ਹੈ। ਸੋ ਘਰਾਂ 'ਚ ਰਹੋ, ਤੰਦਰੁਸਤ ਰਹੋ। ਜੇ ਬਾਹਰ ਜਾਣਾ ਹੈਗਾ ਤਾਂ ਆਪਣੇ ਕੱਪੜੇ ਵਗੈਰਾ ਪਾ ਕੇ ਜਾਓ, ਔਰ ਆਪਣੇ ਬੱਚਿਆਂ ਦਾ ਖਿਆਲ ਰੱਖੋ, ਔਰ ਖਾਸ ਤੌਰ 'ਤੇ ਜਿਹੜੇ ਕਿਸਾਨੀ ਅੰਦੋਲਨ 'ਚੋਂ ਪਰਤੇ ਨੇ, ਥੱਕੇ ਟੁੱਟੇ, ਉਹਨਾਂ ਨੂੰ ਵੀ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਸਾਡੇ ਸਟੂਡੈਂਟਸ, ਭੈਣ ਭਰਾਵਾਂ ਨੂੰ, ਬੱਚਿਆਂ ਨੂੰ ਜਿਨ੍ਹਾਂ ਨੇ ਬਾਹਰ ਜਾਣਾ ਹੈ, ਔਰ ਇਹ ਮਨ 'ਚ ਇਕੱਲਾ ਆਵਾਸ ਪ੍ਰਵਾਸ ਦੇ ਮਾਮਲੇ 'ਚ ਟਿਪਸ ਨਹੀਂ ਦਿੰਦਾ। ਤੁਸੀਂ ਇੱਥੇ ਪੜ੍ਹਨਾ ਤਾਂ ਵੀ ਅਸੀਂ ਹਾਜ਼ਰ ਹਾਂ ਜੀ। ਕੋਈ ਕਿਸੇ ਆਫਿਸਰ ਨਾਲ ਗੱਲ ਕਰਾਉਣੀ ਹੈ, ਕਿਸੇ ਕੌਂਸਲਿੰਗ ਲੈਣੀ ਹੈ, ਵਿਦੇਸ਼ ਜਾਣਾ ਤਾਂ ਵੀ ਇੱਕ ਬਹੁਤ ਵੱਡਾ ਪੈਨਲ ਹੈ ਦੇਸ਼ ਪ੍ਰਦੇਸ਼ ਕੋਲ। 80 ਤੋਂ ਜ਼ਿਆਦਾ ਕੰਸਲਟੈਂਟਸ ਇਸ ਵਕਤ ਐਕਟੀਵੇਟਡ ਨੇ ਜੀ ਸਾਡੇ ਨਾਲ। ਜਿਹਦੇ ਕੋਲ ਸਮਾਂ ਹੁੰਦਾ ਉਹਨਾਂ ਨੂੰ ਅਸੀਂ ਜ਼ਰੂਰ ਬੁਲਾ ਲੈਂਦੇ ਹਾਂ, ਔਰ ਬੁਲਾਉਣ ਦੇ ਨਾਲ ਨਾਲ ਇੱਕ ਸਾਡਾ ਹੋਰ ਤਹੀਆ ਹੁੰਦਾ ਕਿ ਕਿਸੇ ਕੰਸਲਟੈਂਟਸ ਕੋਲ ਬਹੁਤ ਵੱਡਾ ਮੁੱਦਾ ਹੋਵੇ ਤਾਂ ਅਸੀਂ ਸੋ ਔਰਗਨਾਈਜ਼ ਜ਼ਰੂਰ ਕਰਦੇ ਹਾਂ। ਪਿਛਲੇ 10-15 ਦਿਨਾਂ ਤੋਂ ਗੱਲ ਹੋ ਰਹੀ ਹੈ ਕਿ 21 ਖਤਮ ਹੋ ਰਿਹਾ, 22 ਦੀ ਦਸਤਕ, ਮਈ ਦੀਆਂ ਸੀਟਾਂ, US UK ਦਾ ਵੀਜ਼ਾ, ਆਸਟ੍ਰੇਲੀਆ ਦੀ ਅਨਾਊਂਸਮੈਂਟ, ਕੈਨੇਡਾ ਦੀ ਰਿਫਿਊਜ਼ਲ, ਔਰ ਫਰੈਸ਼ ਕੇਸਿਸ ਵਿੱਚ ਕੁਛ ਬੱਚਿਆਂ ਨੇ ਸਾਨੂੰ ਵੀ ਸਵਾਲ ਕੀਤੇ, ਔਰ ਸਾਡੇ ਐਕਸਪਰਟਸ ਗੁਰਪ੍ਰੀਤ ਜੀ CFC ਤੋਂ ਇਹਨਾਂ ਨੂੰ ਵੀ 20-25 ਬੱਚੇ ਪਿਛਲੇ 15 ਦਿਨ 'ਚ ਮਿਲੇ ਕਿ ਜੀ ਅਸੀਂ PT ਕੀਤੀ ਹੈ, ਅਸੀਂ ਜਾ ਸਕਦੇ ਹਾਂ, ਨਹੀਂ ਜਾ ਸਕਦੇ, ਜਾ ਸਕਦੇ ਹਾਂ ਤਾਂ ਕਿਹੜੇ ਕਾਲਜ ਯੂਨੀਵਰਸਿਟੀ ਜਾ ਸਕਦੇ ਹਾਂ, IELTS ਕਰ ਲਈਏ, PT ਨਾਲ ਅਪਲਾਈ ਕਰੀਏ, ਕੋਈ ਜ਼ਿਆਦਾ ਸਾਡੇ ਕੋਲ ਸਕੋਪ ਵੱਡਾ ਕਾਲਜਾਂ ਦਾ ਯੂਨੀਵਰਸਿਟੀਆਂ ਦਾ ਬਣਦਾ, ਜਾਂ ਕੁਛ ਲਿਮਿਟਡ ਸੀਟਸ ਮਿਲਣਗੀਆਂ, ਜਾਂ ਵੀਜ਼ਾ ਦੇ ਚਾਂਸ ਕਿੰਨੇ PT ਨਾਲ, IELTS ਕਰੀਏ ਜਾਂ PT ਦੇ ਨਾਲ ਹੀ ਆਪਣੀ ਤਿਆਰੀ ਆਰੰਭ ਲਈਏ ਐਪਲੀਕੇਸ਼ਨ ਪਾਉਣ ਦੀ। ਇਸ ਤੋਂ ਇਲਾਵਾ SDS ਜਿਹੜਾ ਹੈਗਾ, ਰੌਲਾ ਪਾ ਰਿਹਾ ਹੈਗਾ ਸਕਸੈਸ ਰੇਟ ਹੈ। ਹੁਣ ਨੌਨ SDS ਕਿੱਥੇ ਸਟੈਂਡ ਕਰਦਾ? ਬੱਚਾ ਅਪਲਾਈ ਕਰੇ ਜਾਂ ਨਾ ਕਰੇ, ਜੇ ਕਰੇ ਤਾਂ ਕਿਸ ਤਰ੍ਹਾਂ ਕਰੇ, ਕਿਸ ਕੰਸਲਟੈਂਟਸ ਦੀ ਸਲਾਹ ਲਵੇ, ਕਿਸ ਤਰ੍ਹਾਂ ਦੀ ਸਲਾਹ ਲਵੇ। ਇਸ ਤੋਂ ਇਲਾਵਾ ਬਹੁਤ ਸਾਰੇ ਸਵਾਲ ਕੈਨੇਡਾ ਦੇ, UK ਦੇ, ਆਸਟ੍ਰੇਲੀਆ ਦੇ, ਔਰ ਈਵਨ ਯੂਰਪ ਦੇ ਸਵਾਲ ਆਉਣ ਲੱਗੇ ਸਾਨੂੰ ਕਿ ਘੱਟ ਫੀਸ ਵਾਲੇ ਜਿਹੜੇ ਦੇਸ਼ ਨੇ ਉਹਨਾਂ ਦੀ ਗੱਲ ਕਰੋ, 3-4 ਲੱਖ ਵਾਲੇ। ਸੋ ਇਹ ਸਵਾਲ ਸਾਡੇ ਨੇ ਜੀ, ਮੈਂ ਪੁੱਛਣ ਦੀ ਕੋਸ਼ਿਸ਼ ਕਰੂੰਗਾ, ਤੁਹਾਡੇ ਵੱਲੋਂ ਆਏ ਹੋਏ ਨੇ, ਤੁਸੀਂ ਵੀ ਲਾਈਵ ਕਾਲ ਕਰਕੇ ਸਾਡੇ ਨਾਲ ਆਪਣਾ ਸਵਾਲ ਸਾਂਝਾ ਕਰ ਸਕੋਗੇ। ਗੁਰਪ੍ਰੀਤ ਜੀ, ਸਵਾਗਤ ਹੈ। ਥੈਂਕ ਯੂ ਰਣਬੀਰ। ਗੁਰਪ੍ਰੀਤ ਜੀ, ਸ਼ੁਰੂਆਤ ਕਰ ਲਈਏ, ਜਿਹੜੀ ਤੁਸੀਂ ਮੁੱਦਾ ਉਠਾਇਆ, ਔਰ ਮੈਂ ਵੀ, ਸਾਨੂੰ ਵੀ ਸਵਾਲ ਆਏ ਸੀ, ਆਪਾਂ ਸਾਂਝਾ ਮੁੱਦਾ ਉਠਾ ਰਹੇ ਹਾਂ ਕਿ PT ਕਿੱਥੇ ਸਟੈਂਡ ਕਰਦੀ ਹੈ ਕੈਨੇਡਾ ਦੇ ਵਿੱਚ। ਰਣਬੀਰ ਜੀ, ਮੈਂ ਹੁਣ ਤੱਕ 25-30 ਸਟੂਡੈਂਟਸ ਨੂੰ ਮਿਲ ਚੁੱਕੀ ਹਾਂ, ਉਹਦੇ ਵਿੱਚੋਂ ਜੇ ਮੈਂ ਗੱਲ ਕਰਾਂ, 5-6 ਸਟੂਡੈਂਟ ਐਵੇਂ ਦੇ ਨੇ ਜਿਨ੍ਹਾਂ ਨੂੰ ਕਿਸੇ ਕੰਸਲਟੈਂਟ ਨੇ ਗਾਈਡ ਕੀਤਾ ਹੈ ਕਿ PT ਦੇ ਉੱਤੇ ਤੁਸੀਂ ਕੈਨੇਡਾ ਅਪਲਾਈ ਨਹੀਂ ਕਰ ਸਕਦੇ, ਬੱਚੇ ਦਾ PT ਸਕੋਰ ਅੱਛਾ ਹੈ, ਬਟ ਫਿਰ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ IELTS ਦਾ ਪੇਪਰ ਦਿਓ ਜੇ ਤੁਸੀਂ ਕੈਨੇਡਾ ਜਾਣਾ। ਆਸਟ੍ਰੇਲੀਆ ਫਿਲਹਾਲ ਬੰਦ ਹੈ, ਆਸਟ੍ਰੇਲੀਆ ਹਜੇ ਓਪਨ ਨਹੀਂ ਹੈ, ਅਤੇ ਤੁਸੀਂ PT ਸਕੋਰ ਦੇ ਬੇਸ 'ਤੇ ਨਹੀਂ ਜਾ ਸਕਦੇ। ਹੁਣ ਬੱਚਾ ਕਿਤੇ ਨਾ ਕਿਤੇ ਕਨਫਿਊਜ਼ ਹੋ ਗਿਆ, ਉਹ ਕਹਿੰਦਾ ਮੈਡਮ PT ਸਕੋਰ 'ਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਕਾਉਂਸਲਿੰਗ ਲੈ ਲਾ, ਤੂੰ ਮੇਰੇ ਤੋਂ ਆ ਕੇ ਜਿਹੜੀ ਆ ਕਿ ਕੈਨੇਡਾ ਲਈ, ਮੈਂ ਇਨਟੇਕ ਲਈ ਅਪਲਾਈ ਕਰ ਲਾ, ਤੂੰ ਡਿਲੇ ਨਾ ਕਰਨੀ, ਬਟ ਮੈਂ ਤਾਂ IELTS ਦਾ ਪੇਪਰ ਅਟੈਂਪਟ ਕਰਨਾ ਹੈ, ਮੈਂ IELTS ਦਾ ਪੇਪਰ ਭਰਿਆ ਹੋਇਆ, ਮੈਂ ਤਾਂ ਪੇਪਰ ਦੇਣਾ, ਕਿਉਂਕਿ ਮੈਨੂੰ ਕਿਸੇ ਕੰਸਲਟੈਂਟ ਨੇ ਦੱਸਿਆ ਕਿ PT ਸਕੋਰ ਜਿਹੜਾ ਤੇਰਾ ਹੈ ਇਹ ਕੰਸੀਡਰ ਨਹੀਂ ਹੁੰਦਾ ਕੈਨੇਡਾ ਦੇ ਵਿੱਚ। ਅਸੀਂ ਇਸ ਮੰਚ ਦੇ ਵਿੱਚ ਹਮੇਸ਼ਾ, ਰਣਬੀਰ ਜੀ ਨੇ ਵੀ ਕੁਐਸਚਨ ਪੁੱਛਣ ਦੀ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਅਵੇਅਰਨੈਸ ਹੋਵੇ, ਬੱਚਿਆਂ ਨੂੰ ਨੌਲੇਜ ਆਵੇ ਕਿ ਬੱਚਿਆਂ ਨੂੰ ਪਤਾ ਲੱਗੇ PT ਸਕੋਰ ਕਦੋਂ ਤੋਂ ਲੈ ਕੇ ਲਾਗੂ ਹੋ ਚੁੱਕਿਆ ਹੈ। ਮੈਨੂੰ ਹੁਣ ਸਮਾਂ ਨਹੀਂ, ਮੈਂ ਇੱਥੇ ਬੋਲ ਸਕਦੀ, ਬਟ ਕਾਫੀ ਟਾਈਮ ਤੋਂ PT ਸਕੋਰ ਨੂੰ ਕੰਸੀਡਰ ਕਰ ਰਿਹਾ ਕੈਨੇਡਾ, ਕਦੀ ਉਹ ਬੱਚਿਆਂ ਨੂੰ ਮਨਾ ਨਹੀਂ ਕਰ ਰਿਹਾ ਕਿ ਤੁਸੀਂ IELTS। ਜੀ, ਇਸ ਕਰਕੇ ਵੀ ਕਨਫਿਊਜ਼ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਐਡ ਆਨ ਕਰਨੀ ਚਾਹਾਂਗਾ। ਕਈ ਵਾਰ ਕਿਸੇ ਕੰਸਲਟੈਂਟ ਕੋਲ ਜਾਂਦਾ, ਉਹਦੇ ਕੋਲ ਮੰਨ ਲਓ ਇਹ ਕਾਲਜ ਹੈ, ਉਹ ਕਾਲਜ ਅੱਗੇ ਐਕਸੈਪਟ ਨਹੀਂ ਕਰਦਾ ਜੀ, ਕੰਸਲਟੈਂਟ ਨੂੰ ਇਹ ਗੱਲ ਨਹੀਂ ਦੱਸਦਾ ਕਿ ਮੇਰੇ ਵਾਲਾ ਕਾਲਜ ਐਕਸੈਪਟ ਨਹੀਂ ਜੀ ਕਰੋਗੇ, ਕੈਨੇਡਾ ਦੀ PT ਨਹੀਂ ਚੱਲਦੀ। ਬਿਲਕੁਲ, ਹੁਣ ਕਾਲਜ ਹੋ ਸਕਦਾ ਹੈ ਐਕਸੈਪਟ ਨਾ ਕਰਦਾ ਹੋਵੇ PT, ਬਟ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਕਿ ਕੈਨੇਡਾ ਦੇ ਵਿੱਚ PT ਸਕੋਰ ਨਹੀਂ ਚੱਲੇਗਾ, ਉਹ ਗਲਤ ਚੀਜ਼ ਹੈ। PT ਸਕੋਰ ਜਿਹੜਾ ਹੈ ਕੰਸੀਡਰ ਹੈ ਕੈਨੇਡਾ 'ਚ, ਜੇ ਮੇਰੇ ਕੋਲ 100-200 ਕਾਲਜਿਸ ਦੇ ਵਿੱਚੋਂ 5-6 ਕਾਲਜਿਸ ਹੋਣਗੇ ਜਿਹੜੇ PT ਸਕੋਰ ਵਾਲੇ ਬੱਚਿਆਂ ਨੂੰ ਨਹੀਂ ਲੈਂਦੇ, ਬਾਕੀ ਸਾਰੇ ਕਾਲਜ ਜਿਹੜੇ ਆ PT ਸਕੋਰ ਨੂੰ ਅਸੈਪਟ ਕਰਦੇ ਨੇ, IELTS ਲੈਵਲ ਦਾ ਹੀ ਇਹ ਕੋਰਸ ਹੈ, ਇਸ ਕਰਕੇ ਬੱਚਾ ਜਿਹੜੇ PT ਕੀਤੀ ਉਹ ਕੈਨੇਡਾ ਅਪਲਾਈ ਕਰ ਸਕਦਾ ਹੈ। ਔਰ PT ਸਕੋਰ ਦਾ ਥੋੜ੍ਹਾ ਅੱਪ ਵੀ ਗਿਆ ਹੈ, ਜਿਹੜਾ ਕਿ IELTS ਦੇ ਕੰਸੀਡਰ ਹੁੰਦਾ ਸੀਗਾ, ਜਿਹੜਾ 6, ਅੱਜ ਕੱਲ੍ਹ ਬੱਚੇ ਦਾ 56 ਹੈ, ਤਾਂ ਉਹ 6 ਦੇ ਲੈਵਲ ਦਾ ਕੰਸੀਡਰ ਹੋ ਰਿਹਾ, ਇਸ ਕਰਕੇ PT ਵਾਲੇ ਬੱਚਿਆਂ ਲਈ ਕਾਫੀ ਆਪਸ਼ਨਸ ਨੇ ਸਾਡੇ ਕੋਲ ਅਪਲਾਈ ਕਰ ਸਕਦੇ। ਅੱਗੇ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਆ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ? ਜੀ ਐਕਚੁਅਲੀ ਮੈਂ PT ਕੀਤੀ ਹੋਈ ਹੈ ਸਰ, 50 ਸਕੋਰ ਹੈਗੇ ਆ ਮੇਰੇ। ਕੀ ਮੈਂ ਆਸਟ੍ਰੇਲੀਆ ਦੇ ਲਈ ਫਾਈਲ ਅਪਲਾਈ ਕਰ ਸਕਦੀ ਹਾਂ? ਆ ਬਿਲਕੁਲ, ਆਸਟ੍ਰੇਲੀਆ 'ਚ ਤਾਂ ਐਕਸੈਪਟਡ ਹਨ। ਨੰਬਰ ਤੁਸੀਂ ਦੱਸ ਦਿਓ ਜੀ ਕਿ 50 ਸਫੀਸ਼ੀਐਂਟ ਨੇ ਜਾਂ ਵੱਧ ਘੱਟ ਲੈਣੇ? ਦੇਖੋ,
रणबीर जी 50 ने बच्चे दे, बाकी हुन बच्चे ने लास्ट अपनी स्टडी नहीं दसी, बाकी ठीक ने बच्चे दा जिहड़ा पीटी स्कोर आ अप्लाई कर सकदे हो, जे तुहानू लगदा है कि इंप्रूव कर लोगे दोबारा पेपर अटैम्प्ट करके तो इंप्रूव थोड़ा बहुत कर लो ताकि उहदा बेनीफिट तुहानू ही होगा, जे तुसी इस पीटी स्कोर ते भी अप्लाई करना चाहुंदे हो तो अप्लाई हो जाऊगा जी। गुरप्रीत जी दोबारा पीटी ते और कैनेडा ते आउणे, फिर आस्ट्रेलिया वाला जी, जिहड़ा सवाल अज दा है उह इह है कि आइल्स बेहतर है या पीटी बेहतर है, पहला सवाल। दूसरा यह है कि लिमिटेड कॉलेज ते यूनिवर्सिटियां मिलदी हैं पीटी वाले नूं या उन्नी ही मिलदी हैं जिन्नी आइल्स नूं मिलदी हैं। थर्ड यह है कि जो बच्चा करनी चलिया है एक पास तो उन्हें पीटी की हुई है वो लाइन च लग के नाल आइल्स का पेपर भी दे, या की सुजैशन है तुहाडे कोल? देखो रणबीर जी बच्चा अपने कंफर्ट लई करता है, जो उन्हें पीटी च ईजी लगता बच्चा पीटी करता है, जो उन्हें आइलट्स का ईजी लगता आइलट्स का, कई बच्चे दोनों पेपर अटैम्प्ट करते हैं, बट मेरे अकॉर्डिंगली एक पेपर के उत्ते बच्चे अपनी एनर्जी सारी लगानी चाहिए आ। दो जगह तुम अप्लाई करोगे दो जगह थोड़ा ध्यान होगा, इस तो अच्छा तुम आइलट्स दे लो ताकि दोनों कंट्रियाज के कंसीडर आ, पीटी भी दोनों कंट्रियाज के कंसीडर है, कोई प्रॉब्लम नहीं है जो पीटी भी की है बच्चे ने, बट जो आप गल करते हैं स्पैसीफिक एक ही चीज़ दे कि उन्होंने आप सुजैसट करते हैं, असी तो आइलट्स ही कहने कि आइलट्स का ही पेपर देवे, पीटी स्कोर बच्चा उदों जाता है जो बच्चा वो कंफर्टेबल होता है, कोई उन्होंने इंस्टीट्यूट उमें मिल जाता है, पीटी वाला कोई टीचर एवं का मिल जाता है, बच्चे को लगता मैं इतने कंफर्टेबल हाँ मैं पीटी ही करनी है। तो जिवें तुसीं गल कीती कि बच्चे पीटी वाले भी उन्ना ही स्कोप है जिन्ना आइलट्स वाले बच्चे, बिल्कुल उन्ना ही स्कोप है, की है कि एक दो कॉलेज दसा के कि बच्चे मना कर देन पीटी वाले, बाकी सारे कॉलेज अक्सैप्ट करते हैं, बच्चे को अच्छी ऑप्शन पीटी को वाले बच्चे को भी हैगी आइलट्स वाले को भी हैगी है, जो एक डिफरेंट सीगा वो खत्म कर देता है गवर्नमेंट ने, बल्कि पीटी वाले स्कोर वाले 56 वाले हमेशा वो लिया जाता 5.5 हूँ वो 6 के लिए एलिजिबल है 6 आइलट्स स्कोर के लिए, तो इस करके जोड़ा बच्चे लगता है कि थोड़ा मैं आइलट्स को अच्छे तरीके नहीं दे सकता तो वो पीटी ईजी है पीटी कर ले बच्चा जी। गुरप्रीत जी हम आने दूसरे मुद्दे के उपर जी कि पीटी च बैंड घट ने जां आइल्स दे विच एक मॉड्यूल च 5.5 ने जां 2 च ने जी, असीं बहुत वड्डे प्रवचन तां झाड़ दिंदे कि दोबारा आइल्स करो, बच्चा बेचारा कई बार कहिंदा कि 6 वार तां कर ली होर किन्ने कु वारी करां जी, हुण SDS बारे भी दसो ना नॉन SDS बारे भी दसो, अपलाई करां ना करां, जिहड़े लोग करदे ने सक्सैस हुंदे ने उह किवें हुंदे ने सक्सैस? रणबीर जी बिल्कुल तुसी गल सही कीती आ, हुण जे 6 ईच वाला बच्चा SDS वाला बच्चा रिजैक्ट हो जाए उहदा कोई मुद्दा नहीं है, बट जे नॉन SDS वाला बच्चा गलती नाल रिजैक्ट हुंदा है तो उहदे ते असीं सारे कंसल्टेंट बोलदे हां नॉन SDS फाइल्स ही बच्चे दी तू 6 ईच ले आ मैं तेरा वीज़ा ग्रांट करा दिंदा है, जदों 6 ईच वाला बच्चा हुंदा उहदे ते कोल साडे कोल कोई एक्सक्यूज़ नहीं हुंदा कि तेरा SDS कीहड़ी कैटेगरी च लग्गिया तू क्यों रिफ्यूज़ आ। हुण जदों बच्चा 2 वार पेपर दिता 3 वार दिता 4 वार 5 वार हद बच्चा 6-7 वार पेपर ਦਿੰਦਾ ਉਸ ਤੋਂ ਬਾਅਦ ਬੱਚਾ ਕਹਿੰਦਾ ਹੁਣ ਮੈਂ ਫੈਡ ਅਪ ਹੈ, ਜੇ ਤਾਂ ਮੇਰਾ ਇਸ ਆਈਲੈਟ ਸਕੋਰ 'ਤੇ ਅਪਲਾਈ ਹੁੰਦਾ ਹੈ ਤਾਂ ਕਰ ਦਿਉ ਨਹੀਂ ਤਾਂ ਮੈਂ ਇੰਡੀਆ 'ਚ ਕੁਛ ਦੇਖ ਲੈਂਦਾ। ਅਤੇ ਉੱਥੇ ਕਿਤੇ ਨਾ ਕਿਤੇ ਕੁਛ ਐਵੇਂ ਦੀਆਂ ਹਸਤੀਆਂ ਵੀ ਸਾਡੀਆਂ ਬੈਠੀਆਂ ਕਿ ਜਿਹੜੀਆਂ ਨੋਨ SDS ਕੈਟੇਗਰੀ ਨਹੀਂ ਕਰਦੀਆਂ, ਬਹੁਤ ਅੱਛੀ ਗੱਲ ਆ, ਵਧੀਆ ਕੇਸਿਸ ਕਰਨੇ ਚਾਹੀਦੇ ਆ, SDS ਕੈਟੇਗਰੀ 'ਚ ਹੀ ਅਪਲਾਈ ਕਰਨਾ ਚਾਹੀਦਾ, ਬਟ ਮੁੱਦਾ ਇਸ ਗੱਲ ਦਾ ਹੈ ਕਿ 5.5 ਵਾਲਾ ਬੱਚਾ ਕਿੱਥੇ ਜਾਵੇ, ਕਿੱਥੇ ਅਪਲਾਈ ਕਰੇ 2 'ਚੋਂ 5.5 ਵਾਲਾ ਬੱਚਾ, ਕਿ ਉਹ ਡਰੀਮ ਨਾ ਲਵੇ ਕੈਨੇਡਾ ਦਾ, ਉਹ ਕੈਨੇਡਾ ਜਾਣ ਦੇ ਐਲੀਜੀਬਲ ਨਹੀਂ ਆ। ਜੇ ਨਹੀਂ ਹੈ ਤਾਂ ਕੈਨੇਡੀਅਨ ਗੌਰਮੈਂਟ ਨੇ ਸਾਨੂੰ ਨੋਨ SDS ਕੈਟਾਗਰੀ ਕਿਉਂ ਦਿੱਤੀ ਹੈ? ਨੋਨ SDS ਕੈਟਾਗਰੀ ਇਸ ਲਈ ਦਿੱਤੀ ਆ ਜਿਹੜੇ ਸਾਡੇ ਬੱਚੇ ਵੀਕ ਨੇ, ਜਿਹੜੇ ਹਾਈ ਸਕੋਰ ਨਹੀਂ ਲੈ ਸਕਦੇ ਉਹ ਇਹਦੇ ਵਿੱਚ ਅਪਲਾਈ ਕਰ ਸਕਦੇ, ਬਟ ਮੁੱਦਾ ਇਹ ਹੈ ਕਿ ਆਪਾਂ ਅਪਲਾਈ ਕਿਵੇਂ ਕਰਨਾ ਅਤੇ ਵੀਜ਼ਾ ਕਿਵੇਂ ਗ੍ਰਾਂਟ ਕਰਾਉਣਾ, ਇਹ ਰੱਖਾਂਗੇ ਜੀ, ਸਵਾਲ ਪੈਂਡਿੰਗ ਰੱਖਦੇ ਹਾਂ ਕਿ ਅਪਲਾਈ ਕਿਵੇਂ ਕਰਨਾ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਅਗਲੀ ਕਾਲ ਲਵਾਂਗੇ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਓਵਰਆਲ 5.5 ਮੇਰੇ ਖਿਆਲ, ਇੱਥੇ ਤਾਂ SDS ਦੀ ਵੀ ਆ ਕੇ ਸੂਈ ਅੜ ਜਾਣੀ ਹੈ ਨੋਨ SDS ਦੀ ਵੀ, ਕਿੰਨਾ 5.5 ਓਵਰਆਲ ਤੇ ਤੁਹਾਨੂੰ? ਦੇਖੋ ਰਣਵੀਰ ਜੀ, ਆਪਣੇ ਕੋਲ ਆਪਸ਼ਨਸ ਹੁੰਦੀਆਂ ਨੇ, ਪ੍ਰੋਵਿੰਸ ਹੈਗੇ ਨੇ ਕਾਫੀ ਅੱਛੇ ਪ੍ਰੋਵਿੰਸ ਨੇ ਜਿਹਦੇ ਵਿੱਚ ਬੱਚਾ ਅਪਲਾਈ ਕਰਕੇ 5.5 ਵਾਲਾ ਬੱਚਾ ਵੀ ਵੀਜ਼ਾ ਕਿਤੇ ਨਾ ਕਿਤੇ ਕੱਢ ਜਾਂਦਾ ਹੈ, ਬਟ ਇਹ ਹੈ ਕਿ ਆਪਾਂ ਰਿਸਕ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਲੈਣਾ ਚਾਹੁੰਦੇ। ਜੇ ਬੱਚਾ ਸਾਡੇ ਨਾਲ ਕੋਆਪਰੇਟ ਕਰਦਾ ਹੈ, ਬੱਚਾ ਸਾਡੀਆਂ ਚੀਜ਼ਾਂ ਨੂੰ ਸਮਝਦਾ ਹੈ, ਸਾਡੇ ਕੋਲ ਆਉਂਦਾ ਹੈ, ਤਾਂ ਅਸੀਂ ਉਹਨੂੰ ਉਸ ਤਰੀਕੇ ਨਾਲ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੂਜੀ ਗੱਲ ਹੈ 5.5 ਵਾਲਾ ਬੱਚਾ ਨੋਨ SDS ਕੈਟਾਗਰੀ 'ਚ ਜਾਊਗਾ, ਪਰਵੇਸ ਜੇ ਆਪਾਂ ਕਹੀਏ ਵੈਨਕੂਵਰ
सरी मैं चल जूंगा, ये आपां भुल जाइए 5.5 वाला बच्चा इन्हां प्रोविंसेस दे विच तां बिल्कुल वीज़ा नहीं निकल सकता। जे वीज़ा आपां कढ़ना है तो सानूं अदर प्रोविंस देखने पैने आ जिथे पापूलेशन घट आ, जिथे कैनेडियन गवर्नमेंट नूं भी जरूरत आ कि उत्थे बच्चे आउण पढ़न आ के, तो उत्थे कल दे दिन PR भी ईजी आ, उत्थे जाके बच्चा सरवाइव कर सकदा, उत्थे अप्लाई कर ले। जे तुसीं कहोगे मैं रिश्तेदार कोल जाना है, फलाने कॉलेज जाना है, फलाना कोर्स लैना 5.5 वाला बच्चा, तो उहदे लई कोई चॉइस नहीं है। सिर्फ इक्को चॉइस है कि तुसीं सिस्टम नूं समझना है, सिस्टम दे विच पै के अप्लाई करो। चाहे तुहाडा नॉन SDS केस आ, बट आपां रूल एंड रेगुलेशन सिस्टम असीं SDS वाला ही फॉलो करना है। जी अगली कॉल है जी। हेलो जी, हेलो, हाँ जी, सत श्री अकाल जी, की सवाल है? सत श्री अकाल जी, सर मेरा सवाल है कि मैं प्लस टू कीती है 2020 जी, 54% नंबर है मेरे आर्ट्स में। हां, आर्ट्स दे विच आर्ट्स कीती है जी जी। ओवरऑल मेरे 6 और मॉडल्स है मेरे 5.5 है। मेरा वीजा आ सकता है सर कनाडा का? जी 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 जी, होल्ड करो जी। ਤੁਸੀਂ ਗੁਰਪ੍ਰੀਤ ਜੀ ਪ੍ਰੋਫਾਈਲ ਦੱਸ ਚੁੱਕੇ ਨੇ, 2020 ਪਲੱਸ 2 54 ਆਰਟਸ ਦੇ ਵਿੱਚ 6 ਨੇ, ਦੋਵਾਂ 'ਚ 5.5। ਕਿੰਨੀ ਵਾਰ ਪੇਪਰ ਦੇ ਚੁੱਕੇ ਹੋ ਤੁਸੀਂ? ਕਾਲ ਕੱਟੀ ਗਈ ਜੀ। देखो रणबीर जी, एवें दे केसिस नूं असीं रिपीट आइलेट्स ते उदों भेजदे हुंदे आ कि जदों बच्चे नूं कॉन्फिडेंस होवे कि मैं दोबारा 6 ईच जिहड़े अपने आइलेट्स इंप्रूव कर लूँगा, मैं अगे इंप्रूवमेंट लई जाना चाहुंदा। नहीं तो साडे कोल कॉलेजिस हैगे ने, प्रोविंस हैगे ने जिहदे विच आपां अपलाई करके वीज़ा लै सकदे हाँ। बट जिहड़ियां चीज़ां मैं वार वार इत्थे बोलन की कोशिश कर रही हाँ कि बच्चा वैनकूवर सरी जिहड़ियां हॉट प्लेसिस ने उहनां नूं भुल के साडे कोल आवे। साडे वल्लों एक ऑप्शन दित्तियां जाणगियां, ICCRC मैंबर साडे पैनल ते काम करदे ने, उन्हां वल्लों ऑप्शनस दित्तियां जाणगियां। जे बच्चा उन्हां ऑप्शनस दे विच अप्लाई करदा है तां असीं अगे लैके चलांगे केस। अदरवाइज जिहड़ा बच्चा नॉन SDS च अपनी मर्जी नाल, जे बच्चा कहिंदा कि मैं इहदे च एडमिशन करवानी है, इहदे च एडमिशन करवानी है, उहदे लई मुश्किल आ। बाकी इह कोई नहीं है कि सारे कॉलेजिस नॉन SDS ही दो चो 5.5 वाले लई आ साडे कोल, जां साडे कोल ऑप्शन SDS कॉलेज दी है ही नहीं आ। ऑप्शनस हैगियां ने, बट आपां तरीके नाल सिस्टम नूं समझ के, जिहड़ी मैं वार वार गल कर रही हाँ कि आपां सिस्टम नूं समझ के नॉन SDS कैटेगरी च वीज़ा लै सकदे हाँ। जिवें मान लो साडा प्रोफाइल नॉन SDS आ, आपां SDS कीहड़ी जगह ते SDS कॉलेज च एडमिशन लईए कि साडा वीज़ा भी निकल जाए, तो कल दे दिन सानूं PR लैण च जां किसी भी चीज़ च उत्थे रहण च स्टडी करन च प्रॉब्लम ना आवे। जी गुरप्रीत जी, आपां गल कर रहे सीगे कि नॉन SDS दी PTE दी जी फ्रैश केसा लिए 2 मिनट ला लीए। फ्रैश केस 20 और 21 पास आउट हुए और कई इरादा आस्ट्रेलिया जाने का, कई कैनेडा जाने का, सब कुछ क्लीयर है। कि हुण बच्चा आना शुरू हो गया, बच्चा कॉल करना शुरू हो गया, बच्चा काउंसलिंग लिए रेडी है? बिल्कुल रणबीर जी, कुछ बच्चे ये सोचते हैं कि फ्लाइट्स नू लैके जिहड़ियां कन्फ्यूजन सी वो बच्चों दी क्लीयर हो चुकी हैं कि इहो जी कोई भी चीज़ नहीं हुई 15 दिसंबर तो बाद कि फ्लाइट्स जिहड़ियां पोस्टपोन हुई हैं जां फ्लाइट्स नू जिहड़ियां अगे डिले कर दित्ती हैं, फ्लाइट्स जिहड़ियां ओपन ने इस टाइम। ऑस्ट्रेलिया और कैनेडा ने टूरिस्ट वीज़े नू तां प्रैफरेंस हजे नहीं दित्ती, बट जिहड़ा बच्चा स्टडी वीज़े लई जाना चाहुंदा है जां जिहड़ा बच्चा उत्थे वर्क परमिट ते सी जां कोई PR वाला उन्हां दा इत्थे कैंडीडेट फसिया होया सी, उन्हां दे लई फ्लाइट्स इस टाइम ओपन ने। किसी भी तरह की जिहड़े साडे कोल रोंग इनफॉर्मेशन आ रही सीगी, ऑस्ट्रेलिया तां फैब तक बंद हो गया, ऑस्ट्रेलिया तां 2022 तक ओपन नहीं होना, वह चीज़ां तो अज ऑस्ट्रेलिया जिहड़ियां तुहाडे सामने चीज़ां है, ऑस्ट्रेलिया दीआं फ्लाइट्स ओपन ने, ऑस्ट्रेलिया ओपन है। इस टाइम तुसीं अप्लाई करके वीज़ा लै सकदे हो और जिहड़े बच्चों के वीज़ा आए सीगे वह बच्चे फ्लाई कर सकते हैं। और बहुत सारियाँ एक रणबीर जी चीज़ां आ रही हैं कि बच्चे का वीज़ा ग्रांट होया है बट वह कैंसल हो गया, की कैंसल दे रीज़न रहे? तुसीं अपनी जिहड़ी COE आ वह अपलोड नहीं की होगी, जां तुसीं उन्हां नूं वीज़ा अफसर ने कोई थोड़े तो डॉक्यूमेंट मंगिया वह सबमिट नहीं किया होगा। इन्हां ऑस्ट्रेलिया की एक दो कॉल्स आई हैं कि मैम मेरा वीज़ा कैंसल हो गया, अपडेट मैनू इहो जी दिखा रहे आ, बट इहो जिहा हो नहीं सकता। बट उन्हां बच्चों मैं कहना चाहुंदी हाँ कि घर बैठ के जे तुसीं फोन कॉल ते साडे नाल डिस्कस करोगे वह साडे लई मुश्किल आ, तुसीं ऑफिस विजिट करो और जिहड़े बच्चों के वीज़ा आए ने आ चुके ने वह बच्चे फ्लाई कर लैन, डिले ना कर, अपने डॉक्यूमेंट्स चैक कर लैन कि कोई डॉक्यूमेंट तो नहीं रहिंदा अंबैसी ने मंगिया होवे, क्योंकि जदों तो ऑस्ट्रेलिया ने फ्लाइट्स ओपन कीतियां ने एक दो सानू फोन कॉल्स आईयां ने वीज़ा कैंसल्स दियां। इस करके इन्हां चीज़ां दा हुणे तुसीं ध्यान रखो, क्योंकि कैनेडा च भी ये चीज़ां हो चुकियां ने, ऑस्ट्रेलिया वाले बच्चे ये चीज़ां फेस ना करन। और जिहड़े फ्रैश केस साडे अप्लाई करना चाहुंदे ने, ऑस्ट्रेलिया बिल्कुल इस टाइम ओपन है, कैनेडा दे विच भी सारियां सीट्स जिहड़ियां मई इनटेक लई अप्रॉक्स फुल होण वालियां
ਨੇ ਟਾਈਮ ਰਹਿੰਦੇ ਅਪਲਾਈ ਕਰ ਲਓ ਡਿਲੇ ਨਾ ਕਰੋ ਪਰ ਜੀ ਹੁਣ ਜਿਸ ਦਿਨ ਦੀਆਂ ਫਲਾਈਟਸ ਸ਼ੁਰੂ ਹੋਣੀਆਂ ਸਟਾਰਟ ਹੋ ਗਈਆਂ ਥੋੜੀਆਂ ਥੋੜੀਆਂ ਜੀ ਤਾਂ ਇੱਕ ਵਰਗ ਵਿਚਾਰਾ ਉਹ ਵੀ ਉੱਠਿਆ ਕਿ ਤੁਸੀਂ ਦੇਸ਼ ਪ੍ਰਦੇਸ਼ 'ਚ US ਦੀ ਗੱਲ ਕਰਦੇ ਹੋ ਜੀ ਕੈਨੇਡਾ ਦੀ ਕਰਦੇ ਹੋ ਆਸਟ੍ਰੇਲੀਆ ਦੀ ਕਰਨ ਲੱਗ ਗਏ ਸਾਡੀ ਗੱਲ ਹੀ ਨਹੀਂ ਕਰਦੇ ਸਿੰਗਾਪੁਰ ਦੀ ਸਾਈਪ੍ਰੈਸ ਦੀ ਜਾਂ ਯੂਰਪ ਜਾਣੇ ਵਾਲੇ ਬੱਚਿਆਂ ਦੀ ਇਹ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਇਗਨੋਰ ਕਰ ਰਹੇ ਹਾਂ ਕੋਈ ਛੋਟਾ ਕੰਟਰੀ ਸਮਝਦੇ ਹਾਂ ਜਾਂ ਅਸੀਂ ਕੋਈ ਗਿਆਨ ਨਹੀਂ ਦੇਣਾ ਚਾਹੁੰਦੇ ਹਾਂ ਸਾਡੇ ਕੋਲ ਐਕਸਪਰਟ ਨਹੀਂ ਸਵਾਲ ਇਹੀ ਸੀ ਕਿ ਫਲਾਈਟਾਂ ਨਹੀਂ ਸ਼ੁਰੂ ਹੋਈਆਂ ਬੱਚਿਆਂ ਨੇ ਕਹਿਣਾ ਸੀ ਕਿ ਅਸੀਂ ਰੂਲ ਐਂਡ ਰੈਗੂਲੇਸ਼ਨ ਦੱਸੀ ਜਾ ਰਹੇ ਹਾਂ ਕਿ ਫਲਾਈਟਾਂ ਸ਼ੁਰੂ ਨਹੀਂ ਹੋਈਆਂ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਕੋਈ ਨਹੀਂ ਜੀ ਮਹੀਨਾ ਦੋ ਮਹੀਨੇ ਚਾਰ ਮਹੀਨੇ ਵੀਜ਼ਾ ਲੈਣ ਨੂੰ ਲੱਗਣਗੇ ਇਹਦੇ ਬਾਰੇ ਚਾਨਣਾ ਪਾਓ ਖੈਰ ਆਪਾਂ ਕਾਲ ਲੈ ਲਈਏ ਜੀ ਕਾਲ ਕਾਫੀ ਵਾਰ ਵੱਜ ਚੁੱਕੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਇਹ ਸਵਾਲ ਦੋ ਤਿੰਨ ਵਾਰ ਆ ਲਿਆ ਜੀ ਤੁਸੀਂ ਆਪਣਾ ਜਵਾਬ ਟੀਵੀ 'ਤੇ ਲੈ ਸਕਦੇ ਹੋ ਗੁਰਪ੍ਰੀਤ ਜੀ ਮੈਂ ਥੋੜ੍ਹਾ ਜਿਹਾ ਚਾਹੁੰਦਾ ਕਿ ਇਹਨੂੰ ਐਲੈਬਰੇਟ ਕਰ ਦਿਉ ਕਿ ਇੱਕ 5.5 ਨੇ ਬਾਕੀ ਪ੍ਰੋਫਾਈਲ ਬਹੁਤ ਗੁੱਡ ਹੈ ਬਾਕੀਆਂ 'ਚ ਵੀ ਕਮਜ਼ੋਰੀ ਹੈ ਫੋਰ ਐਗਜ਼ਾਮਪਲ ਪਰਸੈਂਟੇਜ ਪੂਰੀ ਪੂਰੀ ਉੱਪਰੋਂ ਗੈਪ ਹੈਗਾ ਇੱਕ 5.5 ਹੋਣਾ ਬਾਕੀ ਕਿਹੜੇ ਪੱਖ ਮਜ਼ਬੂਤ ਚਾਹੀਦੇ ਵੀਜ਼ਾ ਲੈਣ ਲਈ ਰਣਬੀਰ ਜੀ ਆਪਾਂ ਇਕੱਲੇ ਆਈਲੈਟ ਸਕੋਰ ਨੂੰ ਲੈ ਲੈਂਦੇ ਹਾਂ ਕਿ ਆਈਲੈਟ ਸਕੋਰ 1 ਚੋਂ 5.5 ਆ ਆਪਾਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਚੈੱਕ ਕਰੀਏ ਆਪਾਂ ਆਪਣੀ ਪਰਸੈਂਟੇਜ ਕੀ ਆ ਦੂਸਰੀ ਗੱਲ ਆਪਾਂ ਜਿਹੜਾ ਰੈਲਵੈਂਸ ਕੋਰਸ ਲੈਣਾ ਹੈ ਉਹਦੇ 'ਚ ਪਰਸੈਂਟੇਜ ਆਪਣੀ ਹਾਈ ਹੈ ਦੂਸਰੀ ਗੱਲ ਇਹ ਆ ਕਿ ਆਪਾਂ ਫਾਈਨੈਂਸ਼ੀਅਲ ਡਾਕੂਮੈਂਟ ਜਿਹੜੇ ਆਪਣੇ ਲਾ ਰਹੇ ਹਾਂ ਉਹ ਆਪਣੇ ਕਿਵੇਂ ਦੇ ਨੇ ਬੱਚੇ ਜਿਹੜੀ ਦੂਸਰੀ ਗਲਤੀ ਕਰਦੇ ਆ ਕੋਰਸ ਨੂੰ ਲੈ ਕੇ ਲੋਕੇਸ਼ਨ ਨੂੰ ਲੈ ਕੇ ਪ੍ਰੋਵਿੰਸ ਨੂੰ ਲੈ ਕੇ ਇਹ ਚੀਜ਼ਾਂ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ 1 ਚੋਂ 5.5 ਵਾਲੇ ਬੱਚੇ ਲਈ SDS ਕਾਲਜ ਵੀ ਕਾਫੀ ਆਪਸ਼ਨਸ ਦੇ ਰਹੇ ਨੇ ਸਾਨੂੰ ਉਹ ਵੀ ਲੈ ਸਕਦੇ ਨੇ ਬੱਚੇ ਕਿਤੇ ਨਾ ਕਿਤੇ 1 ਚੋਂ 5.5 ਨੋਨ SDS ਜਿਹੜੇ ਕਾਲਜਿਸ ਨੇ ਉਹ ਵੀ ਲੈ ਲੈਂਦੇ ਨੇ ਉੱਥੇ ਕਿਤੇ ਨਾ ਕਿਤੇ ਮਾਰ ਬੱਚਾ ਖਾ ਜਾਂਦਾ ਹੈ ਜਿਹੜੇ ਆਪਾਂ ਪਿੱਲਰ ਮਜ਼ਬੂਤ ਕਰਨੇ ਆ SDS ਕਾਲਜ ਲੈ ਕੇ SDS ਵਾਲੇ ਰੂਲ ਐਂਡ ਰੈਗੂਲੇਸ਼ਨਸ ਫੋਲੋ ਕਰਦੇ ਹੋਏ GIC ਕਰਵਾਉਣਾ ਟਿਊਸ਼ਨ ਫੀਸ ਪੇ ਕਰਨੀ ਆ ਇੱਕ ਆਪਾਂ ਪੈਕੇਜ ਦੇ ਸਿਸਟਮ 'ਚ ਨਹੀਂ ਪੈਣਾ ਆਪਾਂ ਨੋਨ SDS ਪ੍ਰੋਫਾਈਲ ਆ ਆਪਾਂ ਆਪਣਾ ਅਪਲਾਈ ਕਰੀਏ ਆਪਣੀ ਫੀਸ ਭਰੀਏ ਆਪਣਾ GIC ਕਰਾਈਏ ਕਿਉਂਕਿ ਤੁਹਾਡੀ ਪ੍ਰੋਫਾਈਲ ਕੁਛ ਕਾਲਜਿਸ ਹੁੰਦੇ ਆ ਜਿਹੜੇ ਤੁਹਾਨੂੰ ਕਿ ਆਫਟਰ ਵੀਜ਼ਾ ਟਿਊਸ਼ਨ ਫੀਸ ਕਰ ਦਿੰਦੇ ਆ ਜਾਂ ਕੁਛ ਇੱਥੇ ਆਪਣੇ ਕੰਸਲਟੈਂਟ ਪੈਕੇਜ 'ਚ ਕੰਮ ਕਰਦੇ ਹੋ ਉਹਨਾਂ ਚੀਜ਼ਾਂ 'ਚ ਆਪਾਂ ਨਾ ਪਈਏ ਆਪਾਂ ਆਪਣੇ ਪਿੱਲਰ ਕਿਵੇਂ ਮਜ਼ਬੂਤ ਕਰਨੇ ਆਪਣੀਆਂ ਟਿਊਸ਼ਨ ਫੀਸ ਭਰ ਕੇ ਆਪਣੇ ਸਾਰੇ ਡਾਕੂਮੈਂਟ ਆਪਣੇ ਕੰਪਲੀਟ ਹੋਣੇ ਚਾਹੀਦੇ ਆ ਤਾਂ ਕਿ ਕੱਲ੍ਹ ਦੇ ਦਿਨ ਵੀਜ਼ਾ ਅਫਸਰ ਚੀਜ਼ਾਂ ਚੈੱਕ ਕਰੇ ਹਰ ਚੀਜ਼ ਤੋਂ ਆਪਾਂ ਇੱਕ ਜੈਨੂਅਨ ਕੈਰੀਅਰ ਕੌਨਸ਼ੀਅਸ ਸਟੂਡੈਂਟ ਲੱਗਣੇ ਚਾਹੀਦੇ ਉਸ ਤੋਂ ਬਾਅਦ ਵੀਜ਼ਾ ਅਫਸਰ ਕਦੀ ਵੀ ਵੀਜ਼ਾ ਗ੍ਰਾਂਟ ਨਹੀਂ ਕਰਦਾ ਨੋਨ SDS ਕੈਟੇਗਰੀ ਬੱਚਿਆਂ ਲਈ ਹੀ ਬਣਾਈ ਗਈ ਹੈ ਆਪਣੇ ਲਈ ਹੀ ਬਣਾਈ ਗਈ ਹੈ ਇਹਦੇ ਵਿੱਚ ਅਪਲਾਈ ਕਰਕੇ ਆਰਾਮ ਨਾਲ ਆਪਾਂ ਵੀਜ਼ਾ ਲੈ ਸਕਦੇ ਗੁਰਪ੍ਰੀਤ ਜੀ ਉਹਨਾਂ ਦਾ ਵੀ ਉਡਾਂਬਾ ਤਾਰ ਦੀ ਜਿਹੜੇ ਕਹਿੰਦੇ ਜੀ ਤੁਸੀਂ ਸਾਰਾ ਦਿਨ 6 ਸੀਟ 70% ਸਪੋਂਸਰ ਆਪਣਾ ਜਿਹੜੀ ਕੀ ਸਕੋਲਰਸ਼ਿਪ ਮਿਲਦੀ ਹੈ ਉਹਦੀਆਂ ਗੱਲਾਂ ਕਰਦੇ ਹੋ US ਕੈਨੇਡਾ ਦੀਆਂ ਸਾਡੀ ਵੀ ਕਰੋ ਚਲੋ ਮੈਂ ਕਹਿੰਦਾ ਹਲੇ ਫਲਾਈਟਾਂ ਸ਼ੁਰੂ ਨਹੀਂ ਹੋਈਆਂ 3 ਤੋਂ 6 ਲੱਖ ਦੇ ਵਿੱਚ ਬੱਚਿਆਂ ਨੇ ਡਿਮਾਂਡ ਕੀਤੀ ਹੈ ਕਿਹੜੇ ਕਿਹੜੇ ਕੰਟਰੀ ਜਾ ਸਕਦੇ ਹੈ ਔਰ ਕਦੋਂ ਖੁੱਲ੍ਹਣੇ ਨੇ ਕਿਹੜੀਆਂ ਸ਼ਰਤਾਂ ਦੇ ਆਧਾਰ 'ਤੇ ਹੋਏਗਾ ਰਣਬੀਰ ਜੀ ਬਹੁਤ ਜਲਦ ਸਿੰਗਾਪੁਰ ਹੋ ਗਿਆ ਯੂਰਪ ਹੋ ਗਿਆ ਸਾਈਪ੍ਰੈਸ ਹੋ ਗਿਆ ਇਹ ਕੰਟਰੀ ਖੁੱਲ੍ਹਣ ਜਾ ਰਹੇ ਨੇ 40 ਤੋਂ 45 ਦਿਨ ਦੇ ਵਿੱਚ ਇਹ ਕੰਟਰੀ ਖੁੱਲ੍ਹ ਜਾਣਗੇ ਤੁਸੀਂ ਅਪਲਾਈ ਕਰ ਸਕਦੇ ਹੋ ਜਾ ਸਕਦੇ ਹੋ ਔਰ ਇੱਕ ਆਪਾਂ ਗੱਲ ਕਰੀਏ ਕਿ ਜਿਹੜੇ ਬੱਚੇ ਕੁਛ ਕੈਨੇਡਾ ਵਿੱਚ ਕਹਿੰਦੇ ਸੀਗੇ ਜਿਹੜੇ ਵੀ 2 ਸਾਲ ਦਾ ਕੋਰਸ ਸਾਨੂੰ ਮਿਨੀਮਮ ਟੂ ਮਿਨੀਮਮ ਜਿਹੜਾ ਪ੍ਰਾਈਜ਼ ਆ ਉਹਦੇ 'ਤੇ ਮਿਲ ਜੇ ਅਸੀਂ 9 ਲੱਖ 8 ਲੱਖ ਫੀਸ ਨਹੀਂ ਭਰ ਸਕਦੇ ਉਹਦੇ ਲਈ ਸਾਡੇ ਕੋਲ 6 ਲੱਖ ਦੇ ਵਿੱਚ 2 ਸਾਲ ਦਾ ਕੋਰਸ ਕਰਾਉਣ ਲਈ ਕਾਲਜ ਰੈਡੀ ਆ ਚਾਹੇ ਬੱਚੇ ਦੇ 2 ਚੋਂ 5.5 ਆ 1 ਚੋਂ 5.5 ਆ ਉਹ ਵੀ ਬੱਚੇ ਅਪਲਾਈ ਕਰ ਸਕਦੇ ਨੇ ਕਿਉਂਕਿ ਤੁਸੀਂ ਸਕੋਲਰਸ਼ਿਪ ਦੀ ਗੱਲ ਕੀਤੀ ਆ ਸਕੋਲਰਸ਼ਿਪ ਨੂੰ ਛੱਡ ਕੇ ਇਹ ਕਾਲਜ ਹੀ ਮੈਂ ਇੱਥੇ ਬੋਲ ਸਕਦੀ ਹਾਂ ਇਹ ਕਾਲਜ 25% ਸਕੋਲਰਸ਼ਿਪ ਦਊਗਾ 30% ਦਊਗਾ ਸਕੋਲਰਸ਼ਿਪ ਬਟ ਇਹ ਕਾਲਜ ਹੀ ਤੁਹਾਨੂੰ 6 ਲੱਖ ਦੇ ਵਿੱਚ 2 ਸਾਲ ਦਾ ਡਿਪਲੋਮਾ ਦੇਣ ਨੂੰ ਰੈਡੀ ਆ ਇਸ ਤੋਂ ਉੱਪਰ ਕੈਨੇਡਾ 'ਚ ਆਪਾਂ ਸੋਚ ਨਹੀਂ ਸਕਦੇ ਕਿ ਉਦੋਂ ਆਪਾਂ ਗੱਲਾਂ ਕਰਦੇ ਸੀ ਕਿ 6 ਲੱਖ 'ਚ ਕੌਣ ਕੈਨੇਡਾ ਜਾ ਸਕਦਾ ਹੈ ਕੌਣ ਆ ਸਕਦਾ ਹੈ ਇਸ ਟਾਈਮ ਕਾਲਜਿਸ ਵੱਲੋਂ ਸਾਨੂੰ ਆਫਰ ਆ ਰਹੀ ਹੈ ਮੈਂ ਕਾਲਜਿਸ ਦੇ ਨਾਮ ਡਿਸਕਲੋਜ਼ ਨਹੀਂ ਕਰ ਸਕਦੀ 2 ਸਾਲ ਦਾ ਕਾਲਜ ਜਿਹੜਾ ਡਿਪਲੋਮਾ 6 ਲੱਖ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਨ ਲਈ ਤਿਆਰ ਹੈ ਜੀ ਗੁਰਪ੍ਰੀਤ ਜੀ ਆਪਾਂ ਚੱਲਦੇ ਚੱਲਦੇ ਇੰਨੀ ਕੁ ਗੱਲ ਜ਼ਰੂਰ ਕਰ ਲਈਏ ਕਿ ਬੱਚਿਆਂ ਦੇ ਮਨ 'ਚ ਨਾ ਇੱਕ ਬੜਾ ਸਵਾਲ ਉੱਠ ਰਿਹਾ ਕਾਫੀ ਦਿਨਾਂ ਤੋਂ ਕਿ ਜੀ ਕੈਨੇਡਾ ਤਾਂ ਪੱਕੇ ਕਰਦਾ ਸੀ ਸੁਣਿਆ UK ਦੇ ਵਿੱਚ ਵੀ ਪੋਲਿਸੀ ਚੇਂਜ ਹੋਊਗੀ ਆਸਟ੍ਰੇਲੀਆ ਬੜੀ ਜਲਦੀ PR ਪੋਲਿਸੀ ਲੈ ਕੇ ਆ ਰਿਹਾ ਕਿ ਜੀ ਚਲੇ ਜਾਈਏ ਸਿੰਗਾਪੁਰ ਸਾਈਪ੍ਰੈਸ ਯੂਰਪ ਕਦੇ ਦਾ ਦਾ ਲੱਗੂਗਾ ਦੇਖੋ ਅਸੀਂ ਤਾਂ ਨਹੀਂ ਕਹਿੰਦੇ ਲੱਗੇ ਨਾ ਲੱਗੇ ਪਰ ਪੜ੍ਹਾਈ ਲਈ ਮੇਰੇ ਖਿਆਲ ਜਾਣਾ ਚਾਹੀਦਾ ਕੀ ਕਹਿੰਦੇ ਬਿਲਕੁਲ ਰਣਬੀਰ ਜੀ ਅੱਜ ਹਰ ਕੰਟਰੀ ਦੀ ਜਿਹੜੀ ਰਿਕੁਆਇਰਮੈਂਟ ਹੈ ਮੈਨ ਪਾਵਰ ਹੈ
ਜਦੋਂ ਮੇਰੀ ਰਿਕੁਆਇਰਮੈਂਟ ਮੈਨ ਪਾਵਰ ਆ, ਚਾਹੇ ਮੈਂ ਸਿੰਗਾਪੁਰ ਹਾਂ, ਸਾਈਪ੍ਰਸ ਹਾਂ, ਚਾਹੇ ਕੈਨੇਡਾ, ਚਾਹੇ ਆਸਟ੍ਰੇਲੀਆ, ਕਿਉਂਕਿ ਸਾਰਾ ਜਿਹੜਾ ਸਿਸਟਮ ਉਹ ਚੱਲਣਾ ਮੈਨ ਪਾਵਰ ਦੇ ਉੱਤੇ ਹੀ ਹੈ। ਤੁਸੀਂ ਜਾ ਸਕਦੇ ਹੋ, ਅਪਲਾਈ ਕਰੋ, ਹਰ ਕੰਟਰੀ ਦੀ ਅੱਜ ਡਿਮਾਂਡ ਜਿਹੜੀ ਮੈਨ ਪਾਵਰ ਆ। ਨਿਊਜ਼ੀਲੈਂਡ ਵਰਗਾ ਕੰਟਰੀ ਪੱਕੇ ਨਹੀਂ ਕਰਦਾ ਸੀ ਜੀ, ਉੱਥੇ ਇੰਨੇ ਚਿਰ ਤੋਂ ਬੱਚਾ ਬੈਠਾ ਹੈ, PR ਨਹੀਂ ਨਿਊਜ਼ੀਲੈਂਡ ਦੀ ਈਜ਼ੀ ਹੁੰਦੀ। ਤੁਹਾਡੇ ਸਾਹਮਣੇ ਉਹਨਾਂ ਨੇ ਘਰਾਂ ਤੋਂ ਫੜ ਫੜ ਕੇ ਉਹਨਾਂ ਨੂੰ ਪੱਕੇ ਕੀਤਾ ਕਿ ਤੁਸੀਂ ਇਸ ਕੈਟਾਗਰੀ 'ਚ ਆ ਜਾਓ, ਤੁਸੀਂ ਇਸ ਕੈਟਾਗਰੀ 'ਚ ਆ ਜਾਓ, ਅਸੀਂ ਤੁਹਾਨੂੰ ਪੱਕੇ ਕਰਨ ਲਈ ਤਿਆਰ ਹਾਂ। ਅੱਜ ਹਰ ਕੰਟਰੀ ਦੀ, ਚਾਹੇ ਉਹ ਛੋਟਾ ਹੈ ਚਾਹੇ ਵੱਡਾ ਹੈ, ਉਹ ਮੈਨ ਪਾਵਰ ਸਭ ਦੀ ਜਿਹੜੀ ਜ਼ਰੂਰਤ ਬਣੀ ਹੋਈ ਆ, ਅੱਜ ਉਹਦੀ ਕਮੀ ਹੈ ਉੱਥੇ ਹਰ ਕੰਟਰੀ ਦੇ ਵਿੱਚ, ਕਿਉਂਕਿ ਇੰਨੇ ਟਾਈਮ ਤੋਂ ਨਾ ਤਾਂ 2 ਸਾਲ ਤੋਂ ਫਲਾਈਟਸ ਜਿਹੜੀਆਂ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਰਨ ਹੋ ਸਕੀਆਂ ਸੀ, ਨਾ ਹੀ ਉੱਥੇ ਲੋਕ ਜਾ ਕੇ ਕੰਮ ਕਰ ਪਾਏ ਸੀਗੇ। ਅੱਜ ਹਰ ਕੰਟਰੀ ਦੀ ਜ਼ਰੂਰਤ ਹੈ ਮੈਨ ਪਾਵਰ, ਚਾਹੇ ਤੁਸੀਂ ਕਿਸੇ ਵੀ ਕੰਟਰੀ 'ਚ ਅਪਲਾਈ ਕਰੋ, ਮੇਰੇ ਅਕੋਰਡਿੰਗਲੀ ਅੱਗੇ ਤੁਹਾਡਾ ਜਿਹੜਾ ਭਵਿੱਖ ਉਹ ਸੁਨਹਿਰਾ ਹੀ ਹੋਏਗਾ। ਚਲੋ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਦਰਸ਼ਕਾਂ ਦਾ ਵੀ ਧੰਨਵਾਦ। ਉਮੀਦ ਕਰਾਂਗਾ ਜਿਨ੍ਹਾਂ ਦਾ ਉਲਾਂਬਾ ਸੀ ਉਹ ਵੀ ਉਤਰ ਗਿਆ ਹੋਣਾ, ਔਰ PT ਵਾਲਿਆਂ ਦਾ ਉਲਾਂਬਾ ਵੀ ਉਤਰ ਗਿਆ ਹੋਣਾ, ਯੂਰਪ ਵਾਲੇ ਬੱਚਿਆਂ ਦਾ ਵੀ। ਪਰ ਫਿਰ ਵੀ ਤੁਹਾਡਾ ਸਵਾਲ, ਤੁਹਾਡਾ ਸ਼ਿਕਵਾ, ਤੁਹਾਡੇ ਰੋਸ, ਤੁਹਾਡੇ ਤੁਹਾਡੇ ਉਲਾਂਬੇ ਸਿਰ ਮੱਥੇ, ਕਿਉਂਕਿ ਤੁਹਾਡਾ ਉਲਾਂਬਾ, ਤੁਹਾਡਾ ਰੋਸ ਹੀ ਸਾਡੇ ਲਈ ਇੱਕ ਜੋਸ਼ ਬਣਦਾ, ਸਵਾਲ ਬਣਦਾ, ਉਹਨੂੰ ਅਸੀਂ ਮੁੱਦਾ ਲੈ ਕੇ ਆਉਂਦੇ ਹਾਂ। ਸਾਨੂੰ ਪਤਾ ਲੱਗਦਾ ਕਿ ਪਬਲਿਕ ਸਟੂਡੈਂਟ, ਸਾਡੇ ਪਿਆਰੇ ਬੱਚੇ ਕੀ ਚਾਹੁੰਦੇ ਨੇ। ਸੋ ਮਿਹਰਬਾਨੀ, ਸ਼ੁਕਰੀਆ, ਤੁਸੀਂ ਸਾਨੂੰ ਕਾਲ ਕਰਦੇ ਹੋ, ਸਾਡੇ ਨਾਲ ਜੁੜਦੇ ਹੋ, ਸਾਡਾ ਵੀ ਖਿਆਲ ਰੱਖਦੇ ਹੋ, ਸਾਨੂੰ ਜਗਾਉਂਦੇ ਰਹਿੰਦੇ ਹੋ ਕਿ ਇਸ ਵਿਸ਼ੇ 'ਤੇ ਗੱਲ ਕਰੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ।